ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਲੋਕਾ ਦ੍ਰਿਸ਼ਟਾਂਤ ਏਕੋ ਸੁਨਿਯਤ ਏਕੋ ਵਰਤੰਤ ਏਕੋ ਨਿਰਭਰ ਹੈ, ਨਾਮ ਗਾਨ ਜਾਚੰਤ ਨਾਨਕਾ, ਦਇਆਲ ਪੁਰਖ ਕਿਰਪਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਸਜ ਬੈਠੇ ਗੁਰੂ ਰੂਪ ਗੁਰੂ ਪਿਆਰੇ ਸੱਜਣਾ ਜੀ ਸਾਧ ਸੰਗਤ ਜੀਓ, ਉਸ ਪਰਮਾਤਮਾ ਵੱਲੋਂ ਬਣਾਏ ਹੋਏ ਵਿਧੀ ਦੇ ਵਿਧਾਨ ਆਉਣ ਜਾਣ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਦੇ ਅਨੁਸਾਰ, ਜਿੰਨੀ ਕੁ ਆਜੂ ਜਿੰਨੀ ਕੁ ਸਵਾਸੇ ਮਰਨ ਲਿਖਾਏ ਮੰਡਲ ਮੈਂ ਆਏ ਦੇ ਅਨੁਸਾਰ ਲਿਖਾ ਕੇ ਆਏ ਸੀ, ਉਹਨੇ ਭੋਗ ਕੇ ਪਰਿਵਾਰ ਨੂੰ ਉਸਦੀ ਵਿਛੋੜਾ ਦਿੰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਜੋ ਗੁਰੂ ਬਾਬੇ ਨੇ ਮਰਜ਼ਾਦਾ ਚਲਾਈ ਸੀ ਕਿ ਮਰੇ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ, ਸਿਵੇ ਨਹੀਂ ਪਿੱਟਣੇ, ਦੁੱਖ ਨਹੀਂ ਕਰਨਾ, ਬੇਵਜ੍ਹਾ ਹੰਝੂ ਨਹੀਂ ਕੇਰਨੇ, ਦੁੱਖ ਸਾਂਝਾ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਚਾਰ ਕਬੀਰ ਸੁਖੀ ਕਰਕੇ ਸਟੇਜ ਤੇ ਆਉਣ ਦੀ ਬਾਰੇ ਭੁਗੇ ਤਨ ਮੈਂ ਭਈਆ।
ਸੱਚਾ ਭਗਤਾਂ ਦੇ ਸ਼੍ਰੋਮਣੀ ਗੁਰੂ ਕਬੀਰ ਜੀ ਸਮਝਾਉਣ ਕਰਦੇ ਹਨ ਕਹਿ ਕਬੀਰ ਸੋਹਣੇ ਹੋਏ ਇਸ ਸੰਸਾਰ ਦੇ ਵਿੱਚੋਂ ਕੱਲ ਦੇ ਕੇ ਮੇਰੀ ਗੱਲ ਨੂੰ ਤਿਆਰ ਕਰ ਸਕਦੇ ਭਗਤ ਜੀ ਕਹਿੰਦੇ ਹਨ ਕਿ ਰਾਮ ਨਾਮ ਬਿਰ ਮੁੱਖ ਇਹ ਚਾਹੁੰਦੇ ਹੋ ਕਿ ਫਿਰ ਸੰਸਾਰ ਵਿੱਚ ਰਹਿੰਦੇ ਹੋਇਆ ਉਸ ਪਰਮੇਸ਼ਵਰ ਦਾ ਉਸ ਜੀ ਦਾ ਉਸ ਰਮੇ ਹੋਏ ਰਾਮ ਦਾ ਨਾਮ ਅਤੇ ਭਗਤੀ ਤੋਂ ਬਿਨਾਂ ਮੁਕਤੀ ਨਹੀਂ ਸੰਸਾਰ ਵਿੱਚ ਮਤਲਬ ਕਿੱਡਾ ਵੱਡਾ ਧਰਵਾਦ ਹੋਵੇ ਕਿੱਡਾ ਵੱਡਾ ਜਦੋਂ ਪਰਮੇਸ਼ਵਰ ਦਾ ਨਾਮ ਦੇ ਜਪਦਾ ਤਾਂ ਜਾਣੋ ਆਪਣਾ ਜੀਵਨ ਵਿਅਰਥ ਦਵਾ ਕੇ ਚਲੇ ਕਿਉਂਕਿ ਹਰੀ ਦੇ ਨਾਮ ਤੋਂ ਬੜਾ ਸੁਖਾ ਨਹੀਂ ਹੈ ਆਦਤ ਕੀ ਦੱਸੀ ਇਹ ਅੱਖਾਂ ਸੰਸਾਰ ਵਿੱਚ ਵੀ ਚੱਲਿਆ ਹੋਈਆਂ ਹਨ ਕਿ ਸੰਸਾਰ ਕਿਵੇਂ ਚਲੀਦਾ ਮਿਲਦਾ ਹੈ ਤੁਰਦਾ ਜਾ ਰਿਹਾ ਲੰਕਾ ਸਕੋਟ ਸਰੋਤ ਸਿਖਾਈ ਸਮੁੰਦਰ ਵਰਗੇ ਡੂੰਘੇ ਤਲ ਦੇ ਉੱਪਰ ਲੰਘ ਕੇ ਪਾਵਿਆ ਉਹ ਜੀ ਕਹਿੰਦੇ ਹਨ ਉਹਨਾਂ ਨੂੰ ਵੀ ਇਸ ਸੰਸਾਰ ਵਿੱਚੋਂ ਇੱਕ ਦਿਨ ਤੁਰਨਾ ਲੰਕਾ ਸਕੋਟ ਸਰੋਤ ਸਿਖਾਈ ਕੇ ਰਾਵਣ ਦਾ ਗੌਰਵ ਪਰ ਕਿਹਾ ਮਤਲਬ ਕਿਸ ਕਰਨਾ ਲੜਾਈ ਇੱਕ ਹੈ ਦਲਿਓ ਜਗ ਸੰਸਾਰ ਇਹਨਾਂ ਅੱਖਾਂ ਨਾਲ ਦੇਖਿਆ ਤੁਰਦਾ ਹੋਇਆ ਜਾਂਦਾ ਹੋਇਆ ਕਿਉਂਕਿ ਇੱਕ ਗੱਲ ਹੈ ਇੱਕ ਗੱਲ ਸਭ ਗੱਲ ਹੈ ਆਪਣੀ ਆਪਣੀ ਵਾਰੀ ਅਨੁਸਾਰ ਸਾਰੇ ਤੁਰਦੇ ਹਨ ਸਭ ਆਪਣੀ ਵਾਰ ਆਪਣੀ ਆਪਣੀ ਵਾਰੀ ਅਨੁਸਾਰ ਫਕੀਰ ਵਾਰੀ ਹੈ ਉਹ ਆਪਣੀ ਕੋਈ ਨਾ ਉਹਨਾਂ ਠੀਕ ਹੈ ਕੋਈ ਵੀ ਸੰਸਾਰ ਦੇ ਫਿਰਕੇ ਦਿਖਾਈ ਦੇ ਰਿਹਾ ਹੈ ਇਸੇ ਵਾਸਤੇ ਕਬੀਰ ਜੀ ਸਮਝਾਉਂਦਾ ਕਰਦੇ ਹਨ ਕਿ ਸੰਸਾਰ ਦੇ ਲੋਕ ਜੇ ਚਾਹੁੰਦੇ ਹੋ ਮੁਕਤ ਹੋਣਾ ਇੱਕ ਢੰਗ ਹੈ ਇੱਕ ਤਰੀਕਾ ਹੈ ਉਹ ਹੈ ਪਰਮੇਸ਼ੁਰ ਦੇ ਨਾਮ ਨਾਲ ਜੁੜਨਾ ਪਰਮੇਸ਼ੁਰ ਦੇ ਸਿਰ ਤੋਂ ਜੁੜਦੇ ਹੋ ਅਸਲ ਵਿੱਚ ਕੀ ਜਿਹੜਾ ਹੁੰਦਾ ਕੀ ਹੈ ਗੁਰੂ ਕੇ ਨਾਲ ਵਿਸਲਾ ਹੋ ਕੇ ਭੁਗਦਾ ਸੰਸਾਰ ਵਿੱਚ ਪਰਮੇਸ਼ੁਰ ਦਾ ਨਾਮ ਚੇਤੇ ਦੇ ਰਹੇ ਹੋ ਅਤੇ ਭਗਤ ਰਵਦਾਸ ਜੀ ਵੀ ਸ਼ਿਕਸ਼ਾ ਦਾ ਸਮਝੌਤਾ ਕਰਦੇ ਗੁਰੂ ਜੀ ਕਹਿੰਦੇ ਹਨ ਜੋ ਦਿਨ ਆਉਂਦਾ ਹੈ ਸੋ ਦਿਨ ਜਾਂ ਗਿਆ ਹੈ ਜਾਂ ਦਿਨ ਚੜਿਆ ਹੈ ਉਸ ਦੇ ਢਾਲਣਾ ਭਾਵੇਂ ਜੀਵਨ ਕੋਈ ਦਿਨ ਦੀ ਗੱਲ ਕਰਨਾ ਜਿਸ ਸੰਸਾਰ ਵਿੱਚ ਆਏਗਾ ਜਨਮ ਹੋਇਆ ਹੈ ਬਹੁਤ ਹੋ ਕੇ ਹਨੇਰਾ ਅਵਸ਼ ਹੋਵੇਗਾ ਜੇ ਦਿਨ ਚੜਿਆ ਹੈ ਰਾਤ ਕਾਹੀ ਹੈ ਜੇ ਜੀਵਨ ਹੋਇਆ ਹੈ ਤਾਂ ਬਹੁਤ ਆਪਣਾ ਅਤੇ ਭਗਤੀ ਕਹਿੰਦੇ ਹਨ ਜੋ ਦੇ ਨਾਲ ਸੋਚ ਲਹਿਣ ਫਿਰਦਾ ਪਿਆ ਰਿਹਾ ਸੰਸਾਰ ਦੇ ਕੋਈ ਵੀ ਫਿਰ ਨਹੀਂ ਦੇਖ ਰਿਹਾ ਇਹਨਾਂ ਦੀ ਕੁਝ ਕਰਨਾ ਪਵੇਗਾ ਤੁਰਨਾ ਰਹਿਣ ਫਿਰਦਾ ਇਹ ਸੰਸਾਰ ਨੂੰ ਕਹਿੰਦੇ ਹਨ ਇਹ ਅਗਲੀ ਪੰਕਤੀ ਵਿੱਚ ਭਗਤੀ ਸਮਝਾਉਂਦੇ ਆ ਕਿ ਪਿਆਰ ਤੋਂ ਸੋਇਆ ਜਾਗ ਜਾਂਦਾ ਅਸਲ ਵਿੱਚ ਜੋ ਅਸਲ ਕਹਿੰਦੇ ਕਿ ਜਾਗ ਪਾਈ ਨੂੰ ਪਵੇਗਾ ਮੈਂ ਤਾਂ ਜਾਗਣ ਗਿਆ ਸੱਚਾ ਚਾਹੀਦਾ ਹੈ ਜਿਸ ਤਰ੍ਹਾਂ ਮਸ਼ੀਨ
परमेश्वर वाले पास जाना तब के जाकर कुछ दस चिंतन कर, क्योंकि मनुख चिंतन नहीं करता, चिंता करता करना तो चिंतन है पर करता चिंता, चिंता करता करता संसार चोट के अंदर तो जाता है। ते भगवती के लिए ये प्रिय किया सोई जो करावे जिन्हें पैदा किया उसे तो बहुत प्रिय पैदा किया, ये तो पैदा इसको किया सोई नहीं रहा, ये तो पाई पे नहीं सोई कर रहा सार, जिन्हें संसार सृष्टि पैदा की थी उसने तेरा आधार भी पैदा किया है, उसने तेरा रिजिक भी पैदा किया है, क्योंकि देख लो माँ देव ने बच्चा हो गया पहले माँ देव ने सदा बच्चे साथी चीजों तो दुख दाव भार प्रकट होगा भगवती के लिए योगिया सोच के बना में सब कट करता हार चला दे, ये नहीं पैदा करता और तेरे रिश्ते भी पैदा करता, तो भी कर कर बदली साथ में मेरा तो मैं मेरा सच के प्रवेश से बदली कर ताकि मेरा भाव असल में जो लोग फिर से अपने संसार से चाहे हैं भगवती का नमस्ते बंदे बदली क्या कर बंदे तो बदली की चिंता कर साथ बदली कर वास्ते तो खाया
ਜਿਸ
ਜਿਨ੍ਹਾਂ ਬੱਚਿਆਂ 'ਚੋਂ ਕਿਉਂ ਵਰਗਾ ਸਮਝ ਤੁਰ ਜਾਵੇ ਉਹਨਾਂ ਬੱਚਿਆਂ ਵਾਸਤੇ ਬਹੁਤ ਵੱਡੀ ਘਾਟੇ ਵਾਲੀ ਗੱਲ ਹੋ ਸਕੀ। ਉਸ ਤੋਂ ਬਾਅਦ ਉਸਦੀ ਸ਼ੁਰੂਆਤ ਦੇ ਗਿਆ ਹੈ ਉਹ ਕੋਈ ਬਹੁਤੀ ਵਧੇਰੀ ਨਹੀਂ ਸੀ ਪਰ ਬੱਚੇ ਵੀ ਸਹੀ ਹੋਣ। ਸੋ ਇਹ ਬਹੁਤ ਵੱਡਾ ਘਾਟਾ ਨਾ ਪੂਰਾ ਹੋਣਾ ਕਿਉਂਕਿ ਜਦੋਂ ਪਰਿਵਾਰ ਦਾ ਕੋਈ ਜੀਵ ਤੁਰ ਜਾਂਦਾ ਹੈ ਇਸਦਾ ਘਾਟਾ ਪੂਰਾ ਨਹੀਂ ਹੋ ਸਕਦਾ। ਪਰ ਕੀਤਾ ਕੁਛ ਨਹੀਂ ਜਾ ਸਕਦਾ ਸਤਿਗੁਰੂ ਜੀ ਕਹਿੰਦੇ ਸੁਣਨਾ ਮਰਨਾ ਆਇਆ ਬੇਛੋੜਾ ਸਭਨਾ ਸਾਰਿਆਂ ਨੂੰ ਵਿਛੋੜੇ ਦਾ ਦੁੱਖ ਆਪਣੇ ਪਿੰਡ ਤੇ ਦੌੜਾ ਸਤਿਗੁਰੂ ਜੀ ਬੇਰਾਮ ਕਰਦੇ ਇਸ ਪਰਿਵਾਰ ਨੂੰ ਇਹ ਵਿਛੋੜੇ ਦਾ ਦੁੱਖ ਘਟਾਉਣ ਦਾ ਬਲ ਕਿਉਂਕਿ ਬਹੁਤ ਦੁਖਦਾਈ ਘਟਨਾ ਹੁੰਦੀ ਹੈ ਅਤੇ ਉਸ ਵਿੱਚ ਕੁਛ ਕੀ ਆਤਮਾ ਨੂੰ ਆਪਣੇ ਸਰੀਰ ਚੰਗਾ ਵਿਸ਼ਵਾਸ ਨਾਲ ਘੇਰ ਲਾ ਸਕਦਾ। ਸਿਹਤ ਪ੍ਰਕਾਰ ਨੇ ਗ੍ਰਹਿ ਕਰਕੇ ਵਿਸ਼ੇਸ਼ ਖੁਸ਼ੀ ਆਤਮਾ ਦੇ ਵਿੱਚ ਗੁਰਬਾਣੀ ਦੇ ਜਾਪ ਭੋਗ ਤੋਂ ਉਪਰੰਤ ਸ਼ਹੀਦ ਗੁਰੂ ਵਿਸ਼ੇ ਸਾਲ ਦੁਖੇ ਸਤਿਗੁਰੂ ਸਾਹਿਬ ਜੀ ਨਿੱਘੀ ਗੋਦ ਵਿੱਚ ਇਲਾਹੀ ਦੁਆਰਾ ਅਪੀਲ ਕਰਵਾਇਆ ਵਿਸ਼ੇਸ਼ ਖੁਸ਼ੀ ਆਤਮਾ ਦੇ ਵਿੱਚ ਸਤਿਗੁਰੂ ਜੀ ਸੁਖੀ ਗ੍ਰਹਿ ਕੀਤੀ ਬੜੀ ਸਕੂਲ ਗੁਰਬਾਣੀ ਦਾ ਮਹਾਂ ਉਸ ਵਿਸ਼ੇ ਸੁਖੀ ਆਤਮਾ ਤੋਂ ਸੁਖੀ ਸੁਖੀ ਵਰਤ ਚਰਨਾਂ ਵਿੱਚ ਵਾਸ ਕਰ ਸਕਦਾ ਅਤੇ ਪਰਿਵਾਰ ਨੂੰ ਘਾਟਾ ਮਾਟਾ ਨਾਲ ਕੁਛ ਇਹ ਅਰਦਾਸ ਜਿਹਦਾ ਸਮਾਂ ਹੁਕਮ ਸੀ ਆਪ ਸਤਿਨਾਮ ਨੇ ਕੋਈ ਸੋਚਿਆ ਸਾਰਿਆਂ ਨੂੰ ਉਸਦਾ ਸਮਾਂ ਸਮਾਪਤ ਹੈ। ਇੱਕ ਬੇਨਤੀ ਹੈ ਛੋਟੀ ਜੀ ਮੈਂ ਇਸ ਹਾਲ ਵਿੱਚ ਦੋ ਤਿੰਨ ਵਾਰੀ ਕੀਰਤਨ ਕਰਕੇ ਗਿਆ ਹਾਂ ਜਿਹੜੇ ਮੈਂ ਮਹਿਸੂਸ ਕੀਤੀ ਹੈ ਘਾਟ ਮੈਂ ਪ੍ਰਬੰਧਕਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਸ਼ਾਇਦ ਪ੍ਰਬੰਧਕ ਦੇ ਚਰਿੱਤਰ ਵੀ ਹੋਵੇ ਪਤਾ ਕਰ ਕਿ ਇਸ ਹਾਲ ਦੇ ਵਿੱਚ ਬਹੁਤ ਸਵਾਗਤ ਹੁੰਦੇ ਨੇ ਮੈਂ ਸਮਾਂ ਰੱਖਦਾ ਬਿਲਕੁਲ ਜੀ ਮੇਰਾ ਰਸਤਾ ਹੈ ਮੈਂ ਦੇਖਦਾ ਹਾਂ ਜਿਹੜੀ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਅਤੇ ਇਨਕਮ ਦਾ ਸੋਰਸ ਵੀ ਚੰਗਾ ਹੋਵੇ। ਇੱਕ ਬੇਨਤੀ ਹੈ ਕਿ ਹਾਲ ਬਹੁਤ ਬੋਲਦਾ ਹੈ ਕਿਰਪਾ ਕਰਕੇ ਕਿਸੇ ਸੌ ਓਪਰੇਟਰ ਨੂੰ ਲਿਆ ਕੇ ਹਾਲ ਵਿਖਾਉਣਾ ਚਾਹੀਦਾ ਹੈ ਕਿ ਹਾਲ ਇੱਦਾਂ ਬੋਲਦਾ ਕਿਉਂ ਹੈ ਤਾਂ ਕੀ ਇਹਦਾ ਹੱਲ ਕਰਨਾ ਚਾਹੀਦਾ ਕਿਉਂਕਿ ਗੁਰਬਾਣੀ ਨਾ ਤਾਂ ਗਾਉਣ ਵਾਲਿਆਂ ਨੂੰ ਗਾਉਣ ਦਾ ਪਤਾ ਆਉਂਦਾ ਹੈ ਨਾ ਸੁਣਨ ਵਾਲਿਆਂ ਨੂੰ ਸਮਝ ਪੈਂਦੀ ਹੈ ਪੂਰੇ ਪ੍ਰੋਪਰ ਤਰੀਕੇ ਨਾਲ ਅਤੇ ਗੁਰਬਾਣੀ ਵੇਖਣ ਦਾ ਵਿਸ਼ਾ ਨਹੀਂ ਹੈ ਸੁਣਨ ਦਾ ਅਤੇ ਗਾਉਣ ਦਾ ਵਿਸ਼ਾ ਅਤੇ ਜੇ ਸੁਣਨ ਵਾਲੇ ਨੂੰ ਸਮਝ ਲੱਗੇ ਗੁਰਬਾਣੀ ਨੂੰ ਤਾਂ ਹੀ ਜੀਵਨ ਵਿੱਚ ਘਾਟੇ ਆ ਜਾਵੇਗੀ। ਇੰਨੀ ਬੇਨਤੀ ਮੇਰੇ ਪ੍ਰਬੰਧਕਾਂ ਨੂੰ ਕਿ ਇਸ ਹਾਲ ਦੇ ਗੁਰੀਆਂ ਤੱਕ ਕੋਈ ਪ੍ਰਬੰਧ ਕੀਤਾ ਜਾਵੇ ਇਸ ਨਾਲ ਬੋਝ ਘੱਟ ਸਕੇ ਹੈ ਹੋ ਜਾਂਦਾ ਹੈ ਸਿਸਟਮ ਹਰ ਲੱਗਦਾ ਤੰਗ ਹੈ ਹੋ ਜਾਂਦਾ ਹੈ ਕੰਟਰੋਲ ਜੇ ਕੀਤਾ ਜਾਵੇ ਤਾਂ ਬਹੁਤ ਵਧੀਆ ਹੋਵੇਗਾ। ਸੋ ਗੁਲਾਬ ਚੰਦਰ ਦੀ ਖਿਦਮਤ ਵਿੱਚ ਆਸ ਪਾਸ ਸੰਤ ਸਾਹਿਬ ਜੀ ਦੀ ਗੱਲ ਬੋਲ ਗੁਰਬਾਣੀ ਦਾ ਤਸਕੀਰ ਵੀ ਸਭ ਸੁਣਾਉਂਦੇ ਹੋਏ ਆ ਬਿਲਕੁਲ ਮੈਂ ਦੇਖਣਾ ਆਓ ਸਾਰੇ ਤਰੀਕੇ ਨਾਲ ਸਿਰ ਸਿਰ ਫੜ ਕੇ ਗਏ ਸਤਿ ਸ਼੍ਰੀ ਅਕਾਲ।
ਸਰਵੋਤਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਨ ਸਰਾਧ ਦਾਈ ਦਇਆ ਖੇਲੇ ਸਗਲ ਜਗਤ ਚੰਗੀਆਂ ਜਾਂ ਬੁਰਿਆਈਆਂ ਵਿੱਚ ਧਰਮ ਹਦੂਰ ਕਰਮੀ ਆਪੋ ਆਪਣੀ ਤੇ ਨੇੜੇ ਤੇ ਦੂਰ ਕਥਾ ਕੀਰਤਨ ਦੇ ਅਥਾਹ
ਸਭ ਨਿਹਚਲ ਤੁਧ ਥੇ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹ ਆਵਣ ਜਾਣਾ ਹੁਕਮ ਸਭ ਨਿਹਚਲ ਤੁਧ ਥੇ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਸਜ ਬੈਠੇ ਗੁਰੂ ਰੂਪ ਗੁਰੂ ਪਿਆਰੇ ਸੱਜਣਾ ਜੀ ਸਾਧ ਸੰਗਤ ਜੀਓ ਆਪ ਜੀ ਸਾਰੀਆਂ ਸੰਗਤ ਉਸ ਪਰਮਾਤਮਾ ਵੱਲੋਂ ਬਣਾਏ ਹੋਏ ਵਿਧੀ ਦੇ ਵਿਧਾਨ ਆਉਣ ਜਾਣ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਦੇ ਅਨੁਸਾਰ ਜਿੰਨੀ ਕੁ ਆਜੂ ਜਿੰਨੀ ਕੁ ਸਵਾਸੇ ਮਰਨ ਲਿਖਾਏ ਮੰਡਲ ਮੈਂ ਆਏ ਦੇ ਅਨੁਸਾਰ ਲਿਖਾ ਕੇ ਆਏ ਸੀ ਉਹਨੇ ਭੋਗ ਕੇ ਪਰਿਵਾਰ ਨੂੰ ਉਸਦੀ ਵਿਛੋੜਾ ਦਿੰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਜੋ ਗੁਰੂ ਬਾਬੇ ਨੇ ਮਰਜ਼ਾਦਾ ਚਲਾਈ ਸੀ ਕਿ ਮਰੇ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ ਸਿਵੇ ਨਹੀਂ ਪਿੱਟਣੇ ਦੁੱਖ ਨਹੀਂ ਕਰਨਾ ਬੇਵਜ੍ਹਾ ਹੰਝੂ ਨਹੀਂ ਕੇਰਨੇ ਅਤੇ ਜਿਹੜਾ ਜੀਵਤ ਦੁੱਖ ਸਾਂਝਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਬੇਨਤੀ ਹੈ ਚਾਰ ਵੇਰ ਅਸਤਿ ਕਰ ਕੇ ਸਟੇਜ ਤੇ ਆਉਣ ਦੀ ਕਿਰਪਾ ਸਾਡਾ 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 ਸ